ਜਵਾਨਾਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਅਤੇ ਸਾਡੀਆਂ ਭੈਣਾਂ ਨੂੰ ਅੱਜ ਦੇ ਇਸ ਪ੍ਰੋਗਰਾਮ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ। ਧੰਨ ਧੰਨ ਵੀਰ ਬਾਬਾ ਸ਼ੇਖ ਫਤਿਹ ਜੀਆਂ ਦੇ ਦਰਬਾਰ ਤੇ ਆਏ ਹੋਏ ਸਾਡੇ ਰੱਬ ਵਰਗੇ ਸਰੋਤੇ ਸਾਰਿਆਂ ਨੂੰ ਅੱਜ ਦੇ ਦਿਨ ਦੀਆਂ ਸਾਬਰ ਖਾਨ ਲੰਜੋਤ ਰਾਣੀ ਵੱਲੋਂ ਵੀਰੂ ਰਮਾਣਾ ਜੀ ਵੱਲੋਂ ਬਹੁਤ ਸਾਰੀਆਂ ਮੁਬਾਰਕਾਂ ਜੀ। ਸੋ ਗੱਲ ਕਰਨ ਲੱਗੇ ਜੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਸਾਹਿਬਜ਼ਾਦਿਆਂ ਦੀ। ਜਦੋਂ ਉਹਨਾਂ ਨੂੰ ਸਰਹੰਦ ਦੀ ਕੰਧ ਵਿੱਚ ਚਿਣਿਆ ਜਾ ਰਿਹਾ ਸੀ, ਕੋਈ ਗੁਰੂ ਦਾ ਸਿੱਖ ਕੋਈ ਗੁਰੂ ਦਾ ਪਿਆਰਾ, ਉਹ ਸਰਹੰਦ ਦੀ ਕੰਧ ਨੂੰ ਵੇਖ ਕੇ ਕਿਵੇਂ ਲਾਂਘਤਾ ਪਾਉਂਦਾ ਧਿਆਨ ਦੇਣਾ। ਉਸ ਤੋਂ ਪਹਿਲਾਂ ਦੋ ਲਾਈਨਾਂ, ਕੋਈ ਦੁੱਧ ਮੰਗਦਾ ਕੋਈ ਪੁੱਤ ਮੰਗਦਾ, ਕੋਈ ਆਖਦਾ ਮੈਂ ਅਮੀਰ ਹੋਵਾਂ। ਦਸਮੇਸ਼ ਪਿਤਾ ਜੀ ਨੇ ਆਖਿਆ ਸੀ ਬਾਪ ਸ਼ਹੀਦ ਹੋਵੇ ਤੇ ਮੈਂ ਯਤੀਮ ਹੋਵਾਂ। ਸੋ ਗੁਰੂਆਂ ਪੀਰਾਂ ਦੇ ਨਾਮ ਦੀ ਤਾਲੀ ਮਾਰ ਦਿਆ ਕਰੋ ਜੀ। ਥੈਂਕ ਯੂ, ਸ਼ੁਕਰੀਆ, ਬਹੁਤ ਮਿਹਰਬਾਨੀ। ਸੋ ਉਹੀ ਗੱਲ ਕਰ ਲਈਏ, ਧਿਆਨ ਦੇਣਾ ਜੀ। ਦਸਵੇਂ ਪਿਤਾ ਨੇ ਦੇਸ਼ ਲਈ ਖੂਨ ਡੋਲਿਆ, ਥੋੜਾ ਕਿਸੇ ਪਾਸੇ ਥੋੜਾ ਕਿਸੇ ਪਾਸੇ। ਦਸਵੇਂ ਪਿਤਾ ਨੇ ਦੇਸ਼ ਲਈ ਪਿਆਰ ਵੰਡਿਆ, ਤੋੜਾ ਕਿਸੇ ਪਾਸੇ ਤੋੜਾ ਕਿਸੇ ਪਾਸੇ। ਤਨ ਬਦਲ ਦੀ ਰਹੀ ਨਾ ਹੋਸ਼ ਕੋਈ, ਬਾਜ ਕਿਸੇ ਪਾਸੇ ਘੋੜਾ ਕਿਸੇ ਪਾਸੇ। ਚਾਰ ਪੁੱਤ ਬਖਸ਼ੇ ਸੀ ਉਸ ਪਰਮਾਤਮਾ ਨੇ, ਚਾਰੇ ਸ਼ਹੀਦ ਕਰਵਾ ਦਿੱਤੇ, ਜੋੜਾ ਕਿਸੇ ਪਾਸੇ ਜੋੜਾ ਕਿਸੇ ਪਾਸੇ। ਸੋ ਉਹਨਾਂ ਗੁਰੂਆਂ ਦੀ ਦੋ ਲਫ਼ਜ਼ ਕਹਿਣ ਜਾ ਰਹੇ ਜੀ, ਬਹੁਤ ਮਾਨ। ਕੰਦੇ ਸਰਹੰਦ ਦੀਏ ਸੁਣ ਹਥਿਆਰੀਏ, ਕੱਚ ਦੇ ਕੜਾਉਣੇ ਪੰਨੇ ਪੀਰਾ ਮਾਰੀਏ, ਕੰਦੇ ਸਰਹੰਦ ਦੀ
ਬਹੁਤ ਮਿਹਰਬਾਨੀ ਜਿਨ੍ਹਾਂ ਨੇ ਤਾੜੀ ਲਾਈ ਹੈ ਉਹਨਾਂ ਸ਼ਹੀਦਾਂ ਦੇ ਨਾਮ ਦੀ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਨਹੀਂ ਉਹਨਾਂ ਦਾ ਵੀ ਸ਼ੁਕਰੀਆ ਬਹੁਤ ਮਿਹਰਬਾਨੀ ਕਲਗੀਧਰ ਪਾਤਸ਼ਾਹ ਦੋ ਜਹਾਨ ਦੇ ਮਾਲੀ ਤੀਰ ਤਲਵਾਰ ਦੇ ਤਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਸਾਹਿਬਜ਼ਾਦਿਆਂ ਬਾਰੇ ਚੰਦ ਲਾਈਨਾਂ ਤੁਹਾਡੀ ਨਜ਼ਰ ਕਰ ਰਹੇ ਸਨ ਬੀਬਾ ਨਵਜੋਤ ਰਾਣੀ ਜੀ ਸੋਹਣਾ ਲਗਾਤਾਰ ਦੁਬਾਣਿਆਂ ਨਾਲ ਤੁਹਾਡਾ ਮਨੋਰੰਜਨ ਕਰਨਾ ਹੈ ਤੁਹਾਡੇ ਤੁਹਾਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਨੀ ਹੈ ਤੁਹਾਡੇ ਮਨ ਦੀਆਂ ਰੁਚੀਆਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨੀ ਹੈ ਕੋਈ ਵੀ ਆਰਟਿਸਟ ਬਹੁਤ ਵੱਡਾ ਨਹੀਂ ਹੁੰਦਾ ਜਦ ਤੱਕ ਉਹਦਾ ਸਰੋਤ ਤੇ ਸਾਥ ਨਾ ਦੇ ਸੋ ਮੈਂ ਆਸ ਕਰਦਾ ਕਿ ਜਿਸ ਤਰ੍ਹਾਂ ਤੁਸੀਂ ਹਰ ਸਾਲ ਹਰ ਕਲਾਕਾਰ ਦਾ ਸਾਥ ਦਿੰਦੇ ਹੋ ਪਰ ਸਾਡਾ ਨੁਮਾਇਣਾ ਦਾ ਮਾਣ ਤੁਸੀਂ ਰੱਖ ਹੀ ਲੈਣਾ ਸੋ ਤਾਰੇ ਗੁਜਰੀ ਦੀ ਅੱਖ ਦੇ ਛੁਪਾਏ ਵੈਰ ਨੇ ਇਸ ਗੀਤ ਤੋਂ ਧਾਰਮਿਕ ਗੀਤ ਤੋਂ ਪ੍ਰਭਾਵਿਤ ਹੋ ਕੇ ਸਾਡੇ ਸਤਿਕਾਰਯੋਗ ਬਾਪੂ ਜੀ ਆਸ਼ੀਰਵਾਦ ਸਾਹਿਬ ਬਹੁਤ ਸਾਰਾ ਮਾਣ ਪਿਆਰ ਸਤਿਕਾਰ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਮਿਹਰਬਾਨੀ ਸ਼ੁਕਰੀਆ ਬਾਪੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਆਸ਼ੀਰਵਾਦ ਹੈ ਚਲੋ ਹੁਣ ਦੁਬਾਣਿਆਂ ਦੇ ਰੂਪ 'ਚ ਤੁਹਾਡੇ ਰੂਬਰੂ ਕਰਨ ਜਾ ਰਿਹਾ ਦੁਬਾਣਿਆਂ ਦੀ ਉਹ ਜੋੜੀ ਜਿਹਨਾਂ ਨੂੰ ਮੈਂ ਜਿੱਦਾਂ ਸਿਹਤ ਸੀ ਟੈਲੀਵਿਜ਼ਨ ਦੇ ਵਾ ਕਿ ਉਹ ਚੈਨਲਾਂ ਤੋਂ ਦੇਖਿਆ ਸੁਣਿਆ ਮਾਣਿਆ ਪਿਆਰ ਦਿੱਤਾ ਸਾਡਾ ਰੋਮ ਰੋਮ ਕਰ ਜਾਈ ਆ ਆਪ ਸਭ ਦਾ ਤੁਹਾਡੀ ਜ਼ਿੰਦਗੀ 'ਚ ਧੜਕਦੇ ਗੀਤ ਗਾ ਕੇ ਜੋ ਕਰਜ ਉਤਾਰਨ ਦੀ ਕੋਸ਼ਿਸ਼ ਕਰਨੀ ਹੈ ਮੇਰੀ ਮੁਰਾਦ ਸਾਬਰ ਖਾਨ ਵੀ ਮੰਨ ਲਓ ਜੋ ਰਾਣੀ ਆਓ ਜੀ ਬਾਬਾ ਸ਼ੇਖ ਫਤਾ ਜੀਆਂ ਦੀ ਪਵਿੱਤਰ ਦਰਗਾਹ ਤੇ ਪਹੁੰਚੇ ਹੋਏ ਸੂਜਵਾਨ ਸਰੋਤੇ ਰਬਦਾ ਰੂਪ ਸਰੋਤੇ ਸਾਡੇ ਛੋਟੇ ਵੀਰ ਹਾਣੀ ਬਜ਼ੁਰਗ ਸਾਡੀਆਂ ਭੈਣਾਂ ਮਾਤਾਵਾਂ ਨਿੱਕੀਆਂ ਨਿੱਕੀਆਂ ਬੱਚੀਆਂ ਸਾਰਿਆਂ ਨੂੰ ਰੂਪ ਪੰਜਾਬ ਦੀ ਟੀਮ ਵੱਲੋਂ ਜੀ ਆਖਦੇ ਹਾਂ ਜੀ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹਾਂ ਇਸ ਦੇ ਮੇਲੇ ਦੀ ਨਾਲ ਹੀ ਗੱਦੀ ਨਸ਼ੀਨ ਮੁੱਖ ਸੇਵਾਦਾਰ ਬਾਬਾ ਦਲਜੀਤ ਸਿੰਘ ਗੁੱਟਰ ਜੀ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹਾਂ ਜੀ ਅੱਜ ਦੇ ਮੇਲੇ ਦੀ ਕਰੋੜ ਕਰੋੜ ਵਧਾਈ ਦਿੰਦੇ ਹਾਂ ਸਾਰੇ ਵਿਅਕਰ ਨੂੰ ਸਾਰੇ ਪਿੰਡ ਨੂੰ ਦੀਪ ਪਰਮਾਤਮਾ ਬਾਬਾ ਸ਼ੇਖ ਫਤਾ ਜੀ ਹਰਮੰਦਰ ਨੂੰ ਫਤਿਹ ਬਖਸ਼ੇ ਤੋਂ ਨਾਲ ਹੀ ਮੀਡੀਆ ਤੋਂ ਪਹੁੰਚੇ ਹੋਏ ਸਾਡੇ ਵੀਰ ਸਤਿਕਾਰਯੋਗ ਰਿਸਪੈਕਟਡ ਪ੍ਰੈਸ ਰਿਪੋਰਟਰ ਜਿੰਨੇ ਵੀ ਪਹੁੰਚੇ ਹੈ ਸਾਰਿਆਂ ਨੂੰ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹਾਂ ਜੀ ਵਧਾਈ ਦਿੰਦੇ ਹਾਂ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਤਰੱਕੀਆਂ ਬਖਸ਼ੇ ਤੋਂ ਪੰਜਾਬ ਪੁਲਿਸ ਦੇ ਨੌਜਵਾਨ ਬਾਖੂਬੀ ਤੌਰ 'ਤੇ ਆਪਣੀ ਬਹੁਤ ਹੀ ਵਧੀਆ ਤਰੀਕੇ ਨਾਲ ਡਿਊਟੀ ਨਿਭਾ ਰਹੇ ਹੈ ਪੀਰ ਬਾਬਾ ਸ਼ੇਖ ਫਤਾ ਜੀ ਉਹਨਾਂ ਨੂੰ ਵੀ ਤਰੱਕੀਆਂ ਬਖਸ਼ੇ ਬੜੇ ਬੜੇ ਅਹੁਦੇ 'ਤੇ ਵੀ ਮੇਰਾ ਦਾ ਮੁੱਖ ਸੇਵਾਦਾਰ ਬਾਬਾ ਦਲਜੀਤ ਸਿੰਘ ਜੀ ਦੁਬਾਰਾ ਤੋਂ ਫਿਰ ਉਹਨਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ ਜੀ ਜਿਨ੍ਹਾਂ ਨੇ ਇੰਨੀ ਦੂਰੋਂ ਬੁਲਾ ਕੇ ਤੁਹਾਡੀਆਂ ਰੱਬ ਵਰਗੀਆਂ ਰੂਹਾਂ ਦੇ ਦਰਸ਼ਨ ਦੀਦਾਰ ਕਰਨ ਦਾ ਹੁਕਮ ਹੋਇਆ ਸ਼ਾਮ ਤੁਹਾਡੀ ਸੇਵਾ 'ਚ ਲੈ ਕੇ ਪਹਿਲੀ ਰਾਤ ਮੈਂ ਦੀਵਾ ਬਾਲਿਆ ਦੂਜੀ ਰਾਤ ਪਈ ਲੋਬੇ ਰਾਈਆ ਦੂਰ ਦੇ ਆ ਪਲ ਸਾਡੇ ਕੋਲ ਖਲੋ ਉਹ ਗੀਤ ਲੈ ਕੇ ਹਾਜ਼ਰ ਤਵਜੋ ਗੌਰ ਥੈਂਕ ਯੂ ਹਿਸਾਬ ਨਾਲ ਕਰੀ ਬੈਠੇ